ਸਤਿ ਸ਼੍ਰੀ ਅਕਾਲ ਪਿਆਰੇ ਵਿਦਿਆਰਥੀਓ ਮੈਂ ਮਨ ਮੋਹਨ ਸਿੰਘ ਤੁਹਾਡਾ ਹਾਰਦਿਕ ਸਵਾਗਤ ਕਰਦਾ ਹਾਂ ਜੀ ਟੈਟਬਜ਼ਰ ਅਕੈਡਮੀ ਬਠਿੰਡਾ ਅਬੋਹਰ ਪੰਜਾਬ ਦੇ ਇਸ ਅਫੀਸ਼ੀਅਲ YouTube ਚੈਨਲ ਦੇ ਉੱਪਰ ਔਰ ਤੁਹਾਡਾ ਬਹੁਤ-ਬਹੁਤ ਹਾਰਦਿਕ ਸਵਾਗਤ ਹੈ ਅੱਜ ਦੇ ਇਸ ਸਪੈਸ਼ਲ ਸੈਸ਼ਨ ਦੇ ਵਿੱਚ ਸਪੈਸ਼ਲ ਸੈਸ਼ਨ ਕਿਉਂ ਹੈ ਕਿਉਂਕਿ ਇਸ ਸੀਰੀਜ਼ ਦੇ ਵਿੱਚ ਤੁਹਾਨੂੰ ਪੰਜਾਬੀ ਸਾਹਿਤ ਅਤੇ ਭਾਸ਼ਾ ਦੇ ਬੜੇ ਹੀ ਅਤਿ ਮਹੱਤਵਪੂਰਨ 10 ਤੱਥ ਸਮਝਾਇਆ ਕਰਾਂਗੇ ਠੀਕ ਹੈ ਜੀ ਤਾਂ ਹੀ ਇਹਦਾ ਨਾਮ ਰੱਖਿਆ ਸੀਰੀਜ਼ ਦਾ ਵੱਡਮੁੱਲੇ 10 ਪ੍ਰਸ਼ਨ ਤਾਂ 10 ਆਥੈਂਟਿਕ ਜੋ ਪੇਪਰ ਦੇ ਨਜ਼ਰੀਏ ਤੋਂ ਬੜੇ ਮਹੱਤਵਪੂਰਨ ਹੈ ਤਾਂ 10 ਇੰਪੋਰਟੈਂਟ ਫੈਕਟ ਜੋ ਭਾਸ਼ਾ ਨਾਲ ਸੰਬੰਧਿਤ ਹੋਣਗੇ ਜੋ ਤੁਹਾਡੇ ਸਿਲੇਬਸ ਅਨੁਸਾਰ ਸਾਹਿਤ ਨਾਲ ਸੰਬੰਧਿਤ ਹੋਣਗੇ ਤਾਂ ਉਹਨਾਂ ਨੂੰ ਆਪਾਂ ਡਿਸਕਸ ਕਰਿਆ ਕਰਾਂਗੇ ਔਰ ਇੱਕ ਕਲਾਸ ਆ ਜਿਹੜੀ ਆਪਣੀ ਡੇਲੀ ਰੋਜ਼ਾਨਾ 8 ਵਜੇ ਲੱਗਿਆ ਕਰੂਗੀ ਤਾਂ ਭਾਈ ਇਸ ਕਲਾਸ ਨੂੰ ਮਿਸ ਨਾ ਕਰਿਆ ਕਰੋ ਡੇਲੀ ਲਗਾਇਆ ਕਰੋ ਔਰ ਜਿੰਨਾ ਹੋ ਸਕੇ ਇਸ ਕਲਾਸ ਨੂੰ ਹਰ ਇੱਕ ਬੱਚੇ ਤੱਕ ਪਹੁੰਚਾਉਣਾ ਜੋ ETT 994 ਦੀ ਤਿਆਰੀ ਕਰ ਰਿਹਾ ਹੈਗਾ ਜੀ ਠੀਕ ਹੈ ਜੀ ਔਰ ਇਸ ਸੀਰੀਜ਼ ਦਾ ਸਬੰਧ ਆਪਾਂ ਐ ਨਹੀਂ ਕਹਿ ਸਕਦੇ ਕਿ ਕੱਲਾ ETT 994 ਦੇ ਨਾਲ ਹੀ ਹੈ ਤਾਂ ਬਈ ਕੋਈ ਵੀ ਬੱਚਾ ਜਿਹੜਾ ਪੰਜਾਬ ਲੈਵਲ ਦੇ ਕਿਸੇ ਵੀ ਪੇਪਰ ਦੀ ਤਿਆਰੀ ਕਰ ਰਿਹਾ ਹੈ ਤਾਂ ਉਹ ਬੱਚਾ ਇਸ ਕਲਾਸ ਦਾ ਆਨੰਦ ਲੈ ਸਕਦਾ ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਕਲਾਸ ਨੂੰ ਔਰ ਅੱਜ ਦੀ ਇਸ ਕਲਾਸ ਦਾ ਸਭ ਤੋਂ ਪਹਿਲਾ ਜਿਹੜਾ ਪ੍ਰਸ਼ਨ ਹੈਗਾ ਜੀ ਉਹ ਹੈਗਾ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੁੱਲ 36 ਬਾਣੀਕਾਰਾਂ ਦੀ ਬਾਣੀ ਹੈ ਜੀ ਤਾਂ ਗੱਲ ਕੀਤੀ ਜਾਵੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਤਾਂ ਟੋਟਲ ਬਾਣੀਕਾਰ ਕਿੰਨੇ ਆ ਜਿਨ੍ਹਾਂ ਦੀ ਰਚਨਾ ਉਸ ਪਵਿੱਤਰ ਗ੍ਰੰਥ ਦੇ ਵਿੱਚ ਦਰਜ ਹੈ ਤਾਂ 36 ਹੈ ਜੀ ਜਿਦੇ ਵਿੱਚੋਂ 6 ਗੁਰੂ ਸਾਹਿਬਾਨ 6 ਗੁਰੂਆਂ ਦੀ ਬਾਣੀ ਦਰਜ ਹੈ ਜੀ ਇਦੇ ਵਿੱਚ 11 ਭਟਾਂ ਦੀ ਬਾਣੀ ਦਰਜ ਹੈਗੀ ਐ ਜੀ ਅਗਲੀ ਵਰਗਵੰਡ ਦੀ ਗੱਲ ਕੀਤੀ ਜਾਵੇ ਤਾਂ 15 ਇਹਦੇ ਵਿੱਚ ਭਗਤ ਹੈਗੇ ਐ ਜੀ ਔਰ ਜਿਹੜੇ ਮਗਰ ਬਚ ਗਏ ਭਗਤਾਂ ਦੀ ਬਾਣੀ ਹੈ ਤਾਂ 15 ਤੇ 11 ਕਿੰਨੇ ਹੋਗੇ ਜੀ 26 26 ਤੇ 6 ਕਿੰਨੇ ਹੋਗੇ ਜੀ 31 ਹੋਊਗਾ ਸੌਰੀ 32 ਹੋਗੇ ਔਰ ਜਿਹੜੇ ਰਹਿ ਗਏ ਚਾਰ ਤਾਂ ਚਾਰ ਬਈ ਸਿੱਖ ਜਿਹੜੇ ਗੁਰੂ ਘਰ ਦੇ ਤੁਸੀਂ ਕਹਿ ਲਓ ਅਨੰਦ ਸੇਵਕ ਕਹਿ ਲਓ ਜਾਂ ਸਿੱਖ ਭਗਤ ਕਹਿ ਲਓ ਦਾ ਇਹਨਾਂ ਦੀ ਬਾਣੀ ਹੈ ਤਾਂ ਕੁੱਲ 36 ਬਾਣੀਕਾਰਾਂ ਦੀ ਬਾਣੀ ਇਸ ਪਵਿੱਤਰ ਤੇ ਮਹਾਨ ਗ੍ਰੰਥ ਦੇ ਵਿੱਚ ਦਰਜ ਹੈਗੀ ਅੱਜ ਅਗਲਾ ਜਿਹੜਾ ਫੈਕਟ ਹੈਗਾ ਜੀ ਉਹ ਹੈਗਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਤਾਂ ਬਾਣੀਆਂ ਦਾ ਵੇਰਵਾ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਤਾਂ ਪ੍ਰਮੁੱਖ ਬਾਣੀਆਂ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਪ੍ਰਮੁੱਖ ਬਾਣੀ ਜਪਜੀ ਸਾਹਿਬ ਹੈ ਜੋ ਇਹਨਾਂ ਦੀ ਸ਼ਾਹਕਾਰ ਰਚਨਾ ਮੰਨੀ ਜਾਂਦੀ ਹੈ ਜੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਐਵੇਂ ਇਹਨਾਂ ਦੀ ਅਗਲੀ ਬਾਣੀ ਸਿੱਧ ਗੋਸ਼ਟ ਜੋ ਸਿੱਧਾਂ ਦੇ ਨਾਲ ਸੰਵਾਦ ਹੋਇਆ ਐਵੇਂ 12 ਮਹੀਨਿਆਂ ਨਾਲ ਸੰਬੰਧਿਤ 12ਵਾਂ ਐਵੇਂ ਇਹਨਾਂ ਦੀ ਬਾਣੀ ਦੱਖਣੀ ਓਂਕਾਰ ਔਰ ਅਗਲੀ ਬਾਣੀ ਦਾ ਨਾਮ ਹੈਗਾ ਜੀ ਬਾਬਰ ਬਾਣੀ ਐਵੇਂ 35 ਅੱਖਰਾਂ ਤੇ ਆਧਾਰਿਤ ਪੱਟੀ ਪੈਰੇ ਅਤੇ ਤਿੰਨ ਵਾਰਾਂ ਦੀ ਰਚਨਾ ਕੀਤੀ ਗਈ ਸ਼੍ਰੀ ਗੁਰੂ ਨਾਨਕ ਦੇਵ ਜੀ ਦੁਆਰਾ ਤਾਂ ਭਾਈ ਇਹ ਚੀਜ਼ਾਂ ਤੁਸੀਂ ਨੋਟ ਡਾਊਨ ਕਰ ਲਓ ਇੰਨਾਂ ਚੀਜ਼ਾਂ ਨੂੰ ਯਾਦ ਕਰ ਲੈਣਾ ਪੇਪਰ ਦੇ ਨਜ਼ਰੀਏ ਤੋਂ ਬੜੀਆਂ ਹੀ ਅਤੀ ਮਹੱਤਵਪੂਰਣ ਇਹ ਗੱਲਾਂ ਹੈ ਜੀ ਠੀਕ ਹੈ ਜੀ ਤਾਂ ਇਹ ਦੋ ਫੈਕਟ ਹੋ ਗਏ ਅਗਲੇ ਵੱਲ ਵਧਦੇ ਹਾਂ ਜੀ ਆਪਾਂ ਅਗਲਾ ਫੈਕਟ ਦੇਖੋ ਜੀ ਅਗਲਾ ਫੈਕਟ ਇਹ ਹੈ ਕਿ ਜੀਡੀ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਕੁੱਲ ਸੰਪੂਰਨ ਬਾਣੀ ਹੈ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਕੁੱਲ ਸੰਪੂਰਨ ਬਾਣੀ ਹੈ ਉਹ ਕਿੰਨੇ ਰਾਗਾਂ ਦੇ ਵਿੱਚ ਲਿਖੀ ਗਈ ਹੈ ਇਹ ਅਗਲਾ ਮਹੱਤਵਪੂਰਨ ਪ੍ਰਸ਼ਨ ਹੈਗਾ ਜੀ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ ਜਿਹੜੀ ਉਹ ਕਿੰਨੇ ਰਾਗਾਂ ਦੇ ਵਿੱਚ ਰਚੀ ਗਈ ਹੈ ਤਾਂ ਬਈ ਕੁੱਲ 19 ਰਾਗਾਂ ਦੇ ਵਿੱਚ ਰਚੀ ਗਈ ਹੈ ਔਰ ਸਾਹਿਤ ਦੇ ਵਿੱਚ ਇਹ ਵਿਵਾਦ ਮਿਲਦਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਬਾਣੀ 19 ਰਾਗਾਂ ਵਿੱਚ ਰਚੀ ਗਈ ਹੈ ਕਿ 20 ਰਾਗਾਂ ਦੇ ਵਿੱਚ ਰਚੀ ਗਈ ਹੈ ਠੀਕ ਹੈ ਇਹ ਇੱਕ ਵਿਵਾਦ ਮਿਲਦਾ ਜਿਹੜਾ ਇਸ ਦਾ ਸਹੀ ਉੱਤਰ ਹੋਏਗਾ ਜਾਨੀ ਕਿ ਕਹਿ ਲਿਗਾ ਕਿ ਜਿਹੜਾ ਇੱਕ ਵਿਦਵਾਨਾਂ ਦਾ ਵੱਡਾ ਸਮੂਹ ਹੈ ਠੀਕ ਹੈ ਉਹ 19 ਮੰਨਦਾ ਹੈਗਾ ਪਰ ਕੁਝ ਕੁ ਵਿਦਵਾਨ ਆ ਜਿਹੜੇ ਵੀ ਮੰਨਦੇ ਹੈਗੇ ਉਹ ਇੱਕ ਰਾਗ ਐਕਸਟਰਾ ਮੰਨਦੇ ਆ ਜੋ ਸ੍ਰੀ ਭਾਈ ਮਰਦਾਨਾ ਜੀ ਦਾ ਜਿਹੜੀ ਬਾਣੀ ਭਾਈ ਮਰਦਾਨੇ ਦੀ ਜਿਹੜੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਆ ਤਾਂ ਉਹ ਵਿਦਵਾਨ ਭਾਈ ਮਰਦਾਨੇ ਨੂੰ ਇੱਕ ਕਲਪਿਤ ਪਾਤਰ ਮੰਨਦੇ ਹੈਗੇ ਠੀਕ ਹੈ ਤਾਂ ਉਹ ਕਹਿੰਦੇ ਵੀ ਜਿਹੜੀ ਬਾਣੀ ਹੈ ਇਹ ਗੁਰੂ ਨਾਨਕ ਦੇਵ ਜੀ ਦੀ ਹੈ ਠੀਕ ਹੈ ਜੋ ਮਰਦਾਨੇ ਨੂੰ ਸੰਬੋਧਨ ਕੀਤੀ ਗਈ ਆ ਤਾਂ ਜਦੋਂ ਉਹ ਭਾਈ ਮਰਦਾਨੇ ਨੂੰ ਕਲਪਿਤ ਪਾਤਰ ਮੰਨਦੇ ਆ ਤਾਂ ਫਿਰ ਉਹ ਬਾਣੀ ਕਿ ਨੂੰ ਮੰਨਦੇ ਆ ਗੁਰੂ ਨਾਨਕ ਦੇਵ ਜੀ ਨੂੰ ਮੰਨਦੇ ਆ ਪਰ ਬਹੁਤੇ ਵੱਡਾ ਵਿਦਵਾਨਾਂ ਦਾ ਮਤ ਇਸ ਮਤ ਨਾਲ ਸਹਿਮਤ ਨਹੀਂ ਉਹ ਕਹਿੰਦੇ ਵੀ ਭਾਈ ਮਰਦਾਨਾ ਜਿਹੜੇ ਸੀ ਉਹ ਇੱਕ ਜਿਉਂਦੇ ਜਾਗਦੇ ਵਿਅਕਤੀ ਸੀ ਜੋ ਉਦਾਸੀਆਂ ਦੇ ਸਮੇ ਗੁਰੂ ਨਾਨਕ ਦੇਵ ਜੀ ਦੇ ਨਾਲ ਰਹੇ ਔਰ ਇਹ ਬਾਣੀ ਭਾਈ ਮਰਦਾਨੇ ਦੀ ਹੈ ਤਾਂ ਉਦੋਂ ਫਿਰ ਉਹਨਾਂ ਦੀ ਬਾਣੀ ਦੇ ਰਾਗ ਕਿੰਨੇ ਹੋ ਜਾਂਦੇ ਆ ਜੀ 19 ਰਾਗ ਹੋ ਜਾਂਦੇ ਠੀਕ ਹੈ ਤਾਂ ਇੱਕ ਇਹ ਵਿਵਾਦ ਮਿਲਦਾ ਪਰ ਇਹਦਾ ਐਪਰੋਪ੍ਰੀਏਟ ਉੱਤਰ ਕੀ ਹੋਏਗਾ 19 ਹੀ ਹੋਵੇਗਾ ਠੀਕ ਹੈ ਜੀ ਅਗਲੀ ਗੱਲ ਜਿਹੜੇ ਸਾਡੇ ਦੂਸਰੇ ਪਾਤਸ਼ਾਹ ਹੈਗੇ ਆ ਜੀ ਜਿਹੜੇ ਸਾਡੇ ਸਿੱਖਾਂ ਦੇ ਦੂਜੇ ਗੁਰੂ ਹੈਗੇ ਆ ਸ੍ਰੀ ਗੁਰੂ ਅੰਗਦ ਦੇਵ ਜੀ ਤਾਂ ਇਹਨਾਂ ਦੀ ਬਾਣੀ ਹੈ ਜਿਹੜੀ ਉਹ ਸਭ ਤੋਂ ਘੱਟ ਹੈਗੀ ਆ ਠੀਕ ਹੈ ਤਾਂ ਇਹਨਾਂ ਨੇ ਕੇਵਲ ਤੇ ਕੇਵਲ ਕਿੰਨੀਆਂ ਅ ਸ਼ਲੋਕਾਂ ਦੀ ਰਚਨਾ ਕੀਤੀ ਹੈ ਤਾਂ 63 ਸ਼ਲੋਕਾਂ ਦੀ ਰਚਨਾ ਕੀਤੀ ਹੈ ਔਰ ਇਹ ਜਿਹੜੇ ਸ਼ਲੋਕ ਹੈਗੇ ਆ ਇਹ ਜਿਹੜੀਆਂ ਸਾਡੇ ਗੁਰੂ ਸਾਹਿਬਾਨ ਨੇ 12 ਲਿਖੀਆਂ ਜਿਹੜੇ ਸਾਡੇ ਗੁਰੂ ਸਾਹਿਬਾਨ ਹਨ ਉਹਨਾਂ ਨੇ ਜੋ ਵਾਰਾਂ ਲਿਖੀਆਂ ਉਹਨਾਂ ਦੇ ਅੰਤਰਗਤ ਦਰਜ ਹੈਗੀਆਂ ਜੀ ਠੀਕ ਹੈ ਆਉਣ ਵਾਲੇ ਦਿਨਾਂ 'ਚ ਮੈਂ ਉਹ ਵੇਰਵਾ ਵੀ ਲਿਖਾ ਦਊਗਾ ਕਿ ਕਿਸ ਗੁਰੂ ਦੀ ਵਾਰ ਦੇ ਨਾਲ ਕਿੰਨੇ ਸ਼ਲੋਕ ਦਰਜ ਠੀਕ ਹੈ ਤਾਂ ਪਰ ਇਹਨਾਂ ਜ਼ਰੂਰ ਯਾਦ ਰੱਖਿਆ ਜੇ ਕਿ ਸ੍ਰੀ ਗੁਰੂ ਅੰਗਦ ਦੇਵ ਜੀ ਦੀ ਬਾਣੀ 63 ਸ਼ਲੋਕ ਹੈ ਔਰ ਇਹ ਵੀ ਸੁਤੰਤਰ ਬਾਣੀਆਂ ਨਹੀਂ ਜਿਹੜੀਆਂ ਵਾਰਾਂ ਹੈਗੀਆਂ ਉਹਨਾਂ ਦੇ ਅਧੀਨ ਲਿਖੇ ਗਏ ਠੀਕ ਹੈ ਜੀ ਜਿਵੇਂ ਗੁਰੂ ਅੰਗਦ ਦੇਵ ਜੀ ਦਾ ਸ਼ਲੋਕ ਹੈਗਾ ਜੇ ਸੋ ਚੰਦਾ ਉਗਵੇ ਸੂਰਜ ਚੜਾ ਹਜ਼ਾਰ ਇੱਤੇ ਚਾਨਣ ਹੁੰਦੇ ਆ ਗੁਰਬਿੰਦ ਕੋਰੰਦਾਰ ਤਾਂ ਇਹ ਸ਼ਲੋਕ ਆ ਜਿਹੜੇ ਕਿਨਾਂ ਦੇ ਆ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਆ ਠੀਕ ਹੈ ਜੀ ਤਾਂ ਕਿੰਨੇ ਹੋਗੇ ਚਾਰ ਫੈਕਟ ਹੋਗੇ ਅਗਲੇ ਫੈਕਟ ਵੱਲ ਵਧਗੇ ਤਾਂ ਅਗਲੀ ਹੈਗੀ ਹੈ ਜੀ ਸ੍ਰੀ ਗੁਰੂ ਅੰਗਦ ਦੇਵ ਜੀ ਨਾਲ ਸੰਬੰਧਿਤ ਕੀ ਸ੍ਰੀ ਗੁਰੂ ਅੰਗਦ ਦੇਵ ਜੀ ਗੁਰੂ ਮਹਿਮਾ ਵਾਲੇ ਬਾਣੀਕਾਰ ਹੈਗੇ ਆ ਜੀ ਤਾਂ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਜੇ ਪ੍ਰਮੁੱਖ ਕੰਮਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੇ ਗੁਰਮੁਖੀ ਲਿਪੀ ਨੂੰ ਸੁਧਾਰਿਆ ਠੀਕ ਹੈ ਮੱਲ ਅਖਾੜਿਆਂ ਦੀ ਜਿਹੜੀ ਪ੍ਰਥਾ ਚਲਾਈ ਔਰ ਭਾਈ ਬਾਲੇ ਵਾਲੇ ਜਿਹੜੀ ਜਨਮ ਸਾਖੀ ਹੈ ਉਸ ਦੀ ਰਚਨਾ ਕਰਵਾਈ ਤਾਂ ਇਹ ਕੁਝ ਪ੍ਰਮੁੱਖ ਕੰਮ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਮੰਨੇ ਜਾਂਦੇ ਹਨ ਠੀਕ ਹੈ ਜੀ ਅਗਲਾ ਜਿਹੜਾ ਫੈਕਟ ਹੈਗਾ ਜੀ ਉਹ ਹੈਗਾ ਸਾਡੇ ਤੀਸਰੇ ਪਾਸ਼ਾ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਦੇ ਬਾਰੇ ਤਾਂ ਭਾਈ ਸ੍ਰੀ ਗੁਰੂ ਰਾਮਦਾਸ ਜੀ ਦੀ ਜਿਹੜੀ ਬਾਣੀ ਹੈ ਤਾਂ ਇਹਨਾਂ ਬਾਣੀਆਂ ਦੇ ਵਿੱਚੋਂ ਸਭ ਤੋਂ ਜਿਹੜੀ ਸ਼੍ਰੋਮਣੀ ਬਾਣੀ ਹੈਗੀ ਹੈ ਉਹ ਕਿਹੜੀ ਬਾਣੀ ਹੈਗੀ ਹੈ ਜੀ ਉਹ ਬਾਣੀ ਹੈਗੀ ਹੈ ਜੀ ਆਨੰਦ ਸਾਹਿਬ ਜਿਹੜੀ ਮਨ ਨੂੰ ਆਨੰਦ ਦਿੰਦੀ ਹੈਗੀ ਠੀਕ ਹੈ ਔਰ ਇਸ ਬਾਣੀ ਦੀਆਂ ਕੁੱਲ ਪੌੜੀਆਂ ਕਿੰਨੀਆਂ ਐ ਇਸ ਬਾਣੀ ਦੀਆਂ ਕੁੱਲ ਪੌੜੀਆਂ ਹੈਗੀਆਂ ਭਾਈ 40 ਠੀਕ ਹੈ ਜੀ ਕਿਸੇ ਵੀ ਇਸ ਨੂੰ ਗਾਉਣ ਦਾ ਆਦੇਸ਼ ਦਿੱਤਾ ਗੁਰੂ ਸਾਹਿਬਾਨ ਨੇ ਕਿ ਭਾਵੇਂ ਕੋਈ ਗਮੀ ਹੈ ਤੇ ਭਾਵੇਂ ਕੋਈ ਖੁਸ਼ੀ ਹੈ ਹਰ ਗਮੀ ਖੁਸ਼ੀ ਦੇ ਮੌਕੇ ਤੇ ਆਨੰਦ ਸਾਹਿਬ ਦਾ ਪਾਠ ਕੀਤਾ ਜਾਂਦਾ ਕਿੰਨੀਆਂ ਪੌੜੀਆਂ ਦਾ ਪਾਠ ਕੀਤਾ ਜਾਂਦਾ ਤਾਂ ਪਹਿਲੀਆਂ 5 ਤੇ ਇੱਕ ਅਖੀਰਲੀ ਪਹਿਲੀਆਂ 5 ਪੌੜੀਆਂ ਤੇ ਇੱਕ ਆਖਰੀ ਪੌੜੀ ਦਾ ਜਿਹੜਾ ਹੈਗਾ ਜੀ ਉਹ ਕੀ ਕੀਤਾ ਜਾਂਦਾ ਹੈਗਾ ਜੀ ਪਾਠ ਕੀਤਾ ਜਾਂਦਾ ਵੈਸੇ ਕੁੱਲ 40 ਪੌੜੀਆਂ ਹੈਗੀਆਂ ਤਾਂ ਕੋਈ ਵੀ ਗੁਕਸ਼ੀ ਜਿਹਾ ਭਾਵੇਂ ਗਮੀ ਹੋਵੇ ਤਾਂ ਉਦੋਂ ਆਨੰਦ ਸਾਹਿਬ ਬਾਣੀ ਹੈ ਜਿਹੜੀ ਉਸ ਦਾ ਪਾਠ ਕੀਤਾ ਜਾਂਦਾ ਔਰ ਇਹ ਸ੍ਰੀ ਗੁਰੂ ਅਮਰਦਾਸ ਜੀ ਦੀ ਜਿਹੜੇ ਸਾਡੇ ਤੀਸਰੇ ਗੁਰੂ ਹੈਗੇ ਜਿਹਨੂੰ ਅਸੀਂ ਗੁਰਬਾਣੀ ਦੀ ਭਾਸ਼ਾ ਦੇ ਵਿੱਚ ਮਹੱਲਾ ਤੀਜਾ ਗਿਣਦੇ ਹਨ ਮਹੱਲਾ ਤੀਜਾ ਉਹਨਾਂ ਦੀ ਇਹ ਸ਼੍ਰੋਮਣੀ ਬਾਣੀ ਹੈ ਪ੍ਰਮੁੱਖ ਬਾਣੀ ਮੰਨੀ ਜਾਂਦੀ ਹੈ ਠੀਕ ਹੈ ਜੀ ਹਾਂਜੀ ਜੇ ਅਗਲੇ ਫੈਕਟ ਵੱਲ ਵਧਗੇ ਆਪਾਂ ਤਾਂ ਅਗਲਾ ਫੈਕਟ ਤੋਂ ਪਹਿਲਾਂ ਇਹ ਹੈ ਕਿ ਸਾਡਾ ਜਿਹੜਾ ਪੀ ਐਸ ਟੈਟ 2024 ਹੈ ਇਹਦਾ ਬਿਲਕੁਲ ਨਿਊ ਅਤੇ ਫਰੈਸ਼ ਬੈਚ ਜਿਹੜਾ ਹੈਗਾ ਜੀ ਉਹ ਸ਼ੁਰੂ ਹੋਣ ਜਾ ਰਿਹਾ ਹੈਗਾ ਜੀ ਕਿੰਨੀ ਤਰੀਕ ਤੋਂ 3 ਜੂਨ ਤੋਂ ਔਰ ਸਭ ਤੋਂ ਵੱਡੀ ਗੱਲ ਹੈ ਕਿ ਇਹ ਆਫਲਾਈਨ ਤੇ ਆਨਲਾਈਨ ਦੋਨੋਂ ਮੋਡ ਦੇ ਵਿੱਚ ਹੋਏਗਾ ਤਾਂ ਜੇ ਕੋਈ ਬੱਚਾ ਆਨਲਾਈਨ ਲੈਣਾ ਚਾਹੁੰਦਾ ਭਾਵੇਂ ਆਫਲਾਈਨ ਤਾਂ ਦੋਨੋਂ ਮੋਡ ਦੇ ਵਿੱਚ ਅਵੇਲੇਬਲ ਹੋਏਗਾ ਇਹ ਸਾਡਾ ਨੰਬਰ ਹੈ ਜੀ ਇਸ ਤੇ ਕਾਲ ਕਰਕੇ ਤੁਸੀਂ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹੋ ਔਰ ਆਫਲਾਈਨ ਦਾ ਜਿਹੜਾ ਐਡਰੈਸ ਹੈਗਾ ਉਹ ਹੈਗਾ ਜੀ ਗਲੀ ਨੰਬਰ ਸਟਰੀਟ ਨੰਬਰ 11 ਸਹਿਬਜਾਦਾ ਅਜੀਤ ਸਿੰਘ ਰੋਡ ਬਠਿੰਡਾ ਨਹੀਂ ਤਾਂ ਇਸ ਨੰਬਰ ਤੇ ਕਾਲ ਕਰਕੇ ਵੀ ਤੁਸੀਂ ਪੁੱਛ ਸਕਦੇ ਹੋ ਜੀ ਠੀਕ ਹੈ ਜੀ ਜੀ ਪਾਈਪ ਤਾਂ ਅਗਲੇ ਫੈਕਟੇ ਵੱਲ ਵਧ ਗਏ ਤਾਂ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨਿਆਂ ਰਾਗਾਂ ਦੇ ਵਿੱਚ ਦਰਜ ਹੈ ਤਾਂ ਭਾਈ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ 18 ਰਾਗਾਂ ਦੇ ਵਿੱਚ ਦਰਜ ਹੈ ਜੀ ਗੁਰੂ ਨਾਨਕ ਦੇਵ ਜੀ ਦੀ 19 ਰਾਗਾਂ ਦੇ ਵਿੱਚ ਦਰਜ ਸੀ ਸ੍ਰੀ ਗੁਰੂ ਅਮਰਦਾਸ ਜੀ ਦੀ ਬਾਣੀ ਕਿੰਨਿਆਂ ਰਾਗਾਂ ਦੇ ਵਿੱਚ ਦਰਜ ਹੈਗੀ ਆ 18 ਰਾਗਾਂ ਦੇ ਵਿੱਚ ਦਰਜ ਅਗਲਾ ਫੈਕਟ ਅਗਲਾ ਫੈਕਟ ਸ੍ਰੀ ਗੁਰੂ ਅਰਜਨ ਦੇਵ ਜੀ ਦਾ ਤਨਤਨ ਸ੍ਰੀ ਗੁਰੂ ਪੰਜਵੇਂ ਪਾਸ਼ਾ ਮਹੱਲਾ ਪੰਜਵਾਂ ਤਾਂ ਇਹਨਾਂ ਦੀਆਂ ਪ੍ਰਮੁੱਖ ਬਾਣੀਆਂ ਦੀ ਗੱਲ ਕੀਤੀ ਜਾਵੇ ਤਾ ਸਭ ਤੋਂ ਵੱਡਾ ਤੇ ਸ਼ਰਮਣੀ ਸਥਾਨ ਸੁਖਮਣੀ ਸਾਹਿਬ ਨੂੰ ਹੈ ਤੇ ਇਵੇਂ ਹੀ ਇਹਨਾਂ ਦੀ ਇੱਕ ਬਾਣੀ ਬਾਵਨਖਰੀ ਮਿਲਦੀ ਹੈ ਗੇਜ ਗੁਰੂ ਨਾਨਕ ਦੇਵ ਜੀ ਨੇ ਪੱਟੀ ਰਚੀ ਸੀ ਜੋ 35 ਅੱਖਰਾਂ ਦੇ ਆਧਾਰਿਤ ਸੀ ਔਰ ਇਹ 52 ਅੱਖਰਾਂ ਦੇ ਆਧਾਰਿਤ ਜੋ ਦੇਵਨਾਗਰੀ ਲਿਪੀ ਨੂੰ ਆਧਾਰ ਬਣਾਇਆ ਗਿਆ ਸੀ ਯਾਨੀ ਕਿ ਧੁਨੀਆਂ ਦੇਵਨਾਗਰੀ ਲਿਪੀ ਦੀਆਂ ਸੀ ਪਰ ਅੱਖਰ ਗੁਰਮੁਖੀ ਦੇ ਸੀ ਠੀਕ ਹੈ ਤਾਂ 52 ਅੱਖਰਾਂ ਨੂੰ ਆਧਾਰ ਬਣਾ ਕੇ 52 ਦੇਵਨਾਗਰੀ ਦੀਆਂ ਧੁਨੀਆਂ ਨੂੰ ਆਧਾਰ ਬਣਾ ਕੇ ਬਾਵਨ ਅਖਰੀ ਦੀ ਰਚਨਾ ਕੀਤੀ ਇਹ ਦੋ ਪ੍ਰਮੁੱਖ ਰਚਨਾਵਾਂ ਹੈਗੀਆਂ ਸ੍ਰੀ ਗੁਰੂ ਅਰਜਨ ਦੇਵ ਜੀ ਦੀਆਂ ਠੀਕ ਹੈ ਜੀ ਅੱਗੇ ਵਧਦੇ ਹਾਂ ਜੀ ਆਪਾਂ ਅਗਲੇ ਸਾਡੇ ਲਾਸਟ ਫੈਕਟ ਵੱਲ ਵਧਦੇ ਆ ਤਾਂ ਅਗਲਾ ਹੈਗਾ ਜੀ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਦੀ ਰਚਨਾ ਗੱਲ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕੁੱਲ ਕਿੰਨਿਆਂ ਰਾਗਾਂ ਦੇ ਵਿੱਚ ਬਾਣੀ ਰਚੀ ਹੈ ਤਾਂ 30 ਰਾਗਾਂ ਦੇ ਵਿੱਚ ਉਹਨਾਂ ਦੀ ਬਾਣੀ ਹੈ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਔਰ ਸਾਰੇ ਗੁਰੂ ਸਾਹਿਬਾਨਾਂ ਦੇ ਵਿੱਚੋਂ ਸਭ ਤੋਂ ਵੱਧ ਸਭ ਤੋਂ ਵੱਧ ਰਾਗ ਕਿੰਨਾ ਨੇ ਵਰਤੇ ਆ ਤਾਂ ਸਭ ਤੋਂ ਵੱਧ ਰਾਗ ਵੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਵਰਤੇ ਠੀਕ ਹੈ ਜੀ ਔਰ ਐਵੇਂ ਆਖਿਰਲੇ ਫੈਕਟ ਦੀ ਗੱਲ ਕੀਤੀ ਜਾਵੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਤਾਂ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈਗਾ ਠੀਕ ਹੈ ਜੀ ਤਾਂ ਇਹਨਾਂ ਨੇ ਜਿਹੜੀ ਬਾਣੀ ਆ ਉਹ 59 ਪਦੇ ਜਿਹਨੂੰ ਸ਼ਬਦ ਵੀ ਕਹਿ ਦਿੰਦੇ ਆ ਤੇ 57 ਸ਼ਲੋਕਾਂ ਦੀ ਰਚਨਾ ਕੀਤੀ ਹੈਗੀ ਠੀਕ ਹੈ ਜੀ ਉਨਾਟ ਪਦੇ ਜਾਂ ਸ਼ਬਦ ਔਰ 57 ਸ਼ਲੋਕ ਜਿਹੜੇ ਹੈਗੇ ਆ ਜੀ ਉਹਨਾਂ ਦੀ ਰਚਨਾ ਕੀਤੀ ਹੈਗੀ ਹੈ ਠੀਕ ਹੈ ਜੀ ਤਾਂ ਇਹ ਸੀ ਸਾਡੇ ਅੱਜ ਦੇ 10 ਫੈਕਟ ਸੋ ਇਹ ਉਮੀਦ ਕਰਦਾ ਕਿ ਤੁਹਾਨੂੰ ਜਿਹੜੀ ਇਹ ਇੱਕ ਨਵੇਕਲੀ ਪਹਿਲ ਉਹ ਚੰਗੀ ਲੱਗੇਗੀ ਕੁਝ ਡਿਫਰੈਂਟ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਤੁਸੀਂ ਆਪਣੇ ਸੁਝਾਸ਼ਨ ਜ਼ਰੂਰ ਦੇਣੇ ਆ ਕਿ ਤੁਹਾਨੂੰ ਇਹ ਕਿੱਦਾਂ ਦੀ ਲੱਗ ਰਹੀ ਹੈਗੀ ਆ ਠੀਕ ਹੈ ਜੀ ਹੋਰ ਕਿਹੜੀਆਂ-ਕਿਹੜੀਆਂ ਚੀਜ਼ਾਂ ਤੇ ਤੁਸੀਂ ਇਸ ਤਰ੍ਹਾਂ ਦੇ ਫੈਕਟ ਚਾਹੁੰਦੇ ਹੋ ਠੀਕ ਹੈ ਜੀ ਤਾਂ ਤੁਸੀਂ ਆਪਣੇ ਜਿਹੜੇ ਰਿਵਿਊ ਆ ਦੇ ਸਕਦੇ ਹੋ ਔਰ ਬਾਕੀ ਤੁਸੀਂ ਸਾਡੇ ਟੈਲੀਗ੍ਰam ਚੈਨਲ ਦੇ ਨਾਲ ਜੁੜੋ ਇਹਦੇ ਉੱਪਰ ਤੁਹਾਨੂੰ ਲੇਟੈਸਟ ਅਪਡੇਟ ਡੇਲੀ ਕੁਇਜ਼ ਪੀਡੀਐਫ ਪ੍ਰਾਪਤ ਹੁੰਦੇ ਰਹਿੰਦੇ ਆ ਐਵੇਂ ਸਾਡਾ ਇੰਸਟਾਗ੍ਰam ਤੇ ਫੇਸਬੁੱਕ ਦੇ ਉੱਪਰ ਪੇਜ ਬਣਿਆ ਹੋਇਆ ਤਾਂ ਤੁਸੀਂ ਭਾਈ ਉਹ ਵੀ ਜੁਆਇਨ ਕਰ ਸਕਦੇ ਹੋ ਠੀਕ ਹੈ ਜੀ ਤਾਂ ਬਹੁਤ ਬਹੁਤ ਧੰਨਵਾਦ ਸਾਰੇ ਹੀ ਪਿਆਰੇ ਵਿਦਿਆਰਥੀਆਂ ਦਾ ਸੋ ਮਿਲਦੇ ਆ ਜੀ ਅਗਲੇ ਸੈਸ਼ਨਾਂ ਦੇ ਨਾਲ ਤਾਂ ਬਹੁਤ ਬਹੁਤ ਧੰਨਵਾਦ